ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾਣਾ ਨਾ ਭੁੱਲਣਾ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਵੀਡੀਓ ਲੈ ਕੇ ਆਈਆਂ ਵੀਡੀਓ ਕਿਸ ਦੇ ਰਿਗਾਰਡਿੰਗ ਹੈ ਤੁਸੀਂ ਦੇਖ ਸਕਦੇ ਹੋ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਿਗਾਰਡਿੰਗ ਹੈ ਤੇ ਇਹਦੇ ਵਿੱਚ ਅੱਪਾ ਤੁਹਾਡੇ ਨਾਲ ਕੀ ਡਿਸਕਸ ਕਰਾਂਗੇ ਇੱਕ ਨੋਟਿਸ ਆਇਆ ਅੱਜ ਦੇ ਦਿਨ ਉਹ ਨੋਟਿਸ ਤੁਹਾਡੇ ਨਾਲ ਡਿਸਕਸ ਕਰਾਂਗੇ ਜਿਹੜਾ ਕਿ ਬਹੁਤ ਅਰਜੈਂਟ ਨੋਟਿਸ ਆ ਉਸ ਦੇ ਵਿੱਚ ਕੀ ਹੈ ਜੀ ਓਪਨ ਹੋਸਟਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰੀ ਓਪਨ ਕਰ ਦਿੱਤੇ ਨੇ ਹੋਸਟਲ ਐਂਡ ਹੋਸਟਲ ਅਲਾਟਮੈਂਟ ਜਿਹੜੀ ਕਿ ਸਟਾਰਟ ਹੋ ਚੁੱਕੀ ਹੈ ਤਾਂ ਆਪਾਂ ਗੱਲ ਕਰੀਏ ਸ਼ੁਰੂ ਹੋ ਚੁੱਕੀ ਹੈ ਅਲਾਟਮੈਂਟ ਜਿਹੜੇ ਜਿਹੜੇ ਸਟੂਡੈਂਟ ਆ ਕਿਹੜੇ-ਕਿਹੜੇ ਨੂੰ ਬੁਲਾਇਆ ਜਾ ਸਕਦਾ ਹੈ ਜਾਂ ਕਿਹੜਿਆਂ ਨੂੰ ਬੁਲਾਇਆ ਜਾਵੇਗਾ ਕਿੰਨਾਂ ਨੂੰ ਅਲਾਉਟ ਕੀਤਾ ਜਾਵੇਗਾ ਹੋਸਟਲ ਉਹ ਸਾਰੀ ਡਿਟੇਲ ਆਪਾਂ ਇਸ ਦੇ ਵਿੱਚ ਸਟੈਪ ਬਾਈ ਸਟੈਪ ਕਰਕੇ ਜਾਣਾਂਗੇ ਸਾਰਾ ਨੋਟਿਸ ਤੋਂ ਲੈਣਾ ਡਿਸਕਸ ਕਰਾਂਗੇ ਲਓ ਜੀ ਸਭ ਤੋਂ ਪਹਿਲਾਂ ਜਿਹੜਾ ਕਿ ਡੇਟ ਦੇਖ ਲੈਣੇ ਇਹਦੇ ਵਿੱਚ ਸਭ ਤੋਂ ਪਹਿਲਾਂ 14 2 2022 14 ਫਰਵਰੀ 2022 ਮਤਲਬ ਅੱਜ ਦੇ ਦਿਨ ਇਹ ਨੋਟਿਸ ਆਇਆ ਆਫਿਸ ਆਫ ਡੀਨ ਸਟੂਡੈਂਟ ਵੈਲਫੇਅਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਆਇਆ ਕਿਹੜੇ ਆਫਿਸ ਦੇ ਵੱਲੋਂ ਡੀਐਸਡਬੀ ਵੱਲੋਂ ਤਾਂ ਇਹਦੇ ਵਿੱਚ ਕੀ ਇਨਫਾਰਮ ਕੀਤਾ ਜਾਂਦਾ ਇਹ ਫਾਰਮ ਕੀਤਾ ਜਾਂਦਾ ਸਟੂਡੈਂਟ ਨੂੰ ਕੋਸਨ ਕੀਤਾ ਜਾਂਦਾ ਕਿ ਅੰਦਰ ਗ੍ਰੈਜੂਏਟ ਫਾਈਨਲ ইয়ার ਦੇਖੋ ਜੀ ਓਨਲੀ ਫਾਈਨਲ ইয়ার ਮੈਂਸ਼ਨ ਕੀਤਾ ਸੈਕੰਡイヤー ਐਂਡ ਫਸਟイヤー ਮੈਂਸ਼ਨ ਨਹੀਂ ਕੀਤਾ ਉਸ ਤੋਂ ਬਾਅਦ ਪੋਸਟ ਗ੍ਰੈਜੂਏਟ ਸਟੂਡੈਂਟ ਮਤਲਬ ਕਿ ਪੋਸਟ ਗ੍ਰੈਜੂਏਸ਼ਨ ਜਿਹੜੇ ਕਿ ਪੀਜੀ ਕੋਰਸ ਜਿਵੇਂ ਕਿ ਐਮਏ ਐਮਐਸਸੀ ਤਾਂ ਉਹਨਾਂ ਦੇ ਲਈ ਸਟੂਡੈਂਟਾਂ ਨੂੰ ਬੁਲਾਇਆ ਜਾਵੇਗਾ ਚਾਹੇ ਉਹ ਫਸਟイヤー ਚਾਹੇ ਉਹ ਸੈਕੰਡイヤー ਕਿਉਂਕਿ ਇਹਦੇ ਵਿੱਚ ਕੋਈ ਮੈਂਸ਼ਨ ਨਹੀਂ ਕੀਤਾ ਉਸ ਤੋਂ ਬਾਅਦ ਜਿਹੜੇ ਕਿ ਜਿਹੜੇ ਕਿ ਅਲੋਟਮੈਂਟ ਹੋ ਚੁੱਕੀ ਹੈ ਅਲੋਟਮੈਂਟ ਸਟਾਰਟ ਹੋ ਚੁੱਕੀ ਹੈ ਹੋਸਟਲ ਦੀ ਤੇ ਜਿਹੜੇ ਸਟੂਡੈਂਟ ਸਟੇ ਕਰਨਾ ਚਾਹੁੰਦੇ ਨੇ ਜਾਂ ਯੂਨੀਵਰਸਿਟੀ ਦੇ ਵਿੱਚ ਰਹਿਣਾ ਚਾਹੁੰਦੇ ਆ ਆਪਣਾ ਹੋਸਟਲ ਲੈਣਾ ਚਾਹੁੰਦੇ ਆ ਉਹ ਕੰਟੈਕਟ ਕਰਨ ਆਪਣੇ ਵਾਰਡਨ ਨਾਲ ਹੌਸਟਲ ਦੇ ਵਾਰਡਨ ਦੇ ਨਾਲ ਤੇ ਉਹਨਾਂ ਨਾਲ ਗਲਵਤ ਕਰਕੇ ਆਪਣਾ ਰੂਮ ਜਿਹੜਾ ਸੀਮ ਵੀ ਓਪਨ ਕਰਵਾ ਸਕਦਾ ਨਹੀਂ ਫਿਰ ਅਦਰ ਰੂਮ ਜਿਹੜਾ ਕਿ ਅਲਾਉਟ ਕਰਵਾ ਸਕਦੇ ਆ ਮੇਨਲੀ ਇਹਦੇ ਵਿੱਚ ਇਹੀ ਹੈ ਕਿ ਜਿਹੜੇ ਹੌਸਟਲ ਦੇ ਸਟੂਡੈਂਟ ਆ ਫਾਈਨਲイヤー ਦੇ ਵਿੱਚ ਪਹੁੰਚ ਚੁੱਕੇ ਆ ਤਾਂ ਉਹ ਹੌਸਟਲ ਸੇਮ ਅਪਰ ਰੂਮ ਵੀ ਓਪਨ ਕਰਵਾ ਸਕਦਾ ਨਹੀਂ ਫਿਰ ਚੇਂਜ ਕਰਵਾ ਸਕਦੇ ਆ ਤਾਂ ਇਹ ਸਭ ਤੋਂ ਪਹਿਲਾਂ ਫਿਰ ਬਹੁਤ ਸਾਰੇ ਮੈਨੂੰ ਕੁਐਂਟ ਆਉਣਗੇ ਡਾਊਟ ਹੋਣਗੇ ਫਿਰ ਤੋਂ ਮੈਂ ਡਿਸਕਸ ਕਰਦੇ ਆਂ ਕਿ ਜਿਹੜੀ ਅੰਡਰ ਗ੍ਰੈਜੂਏਸ਼ਨ ਕੋਰਸ ਆ ਉਹਨਾਂ ਦੇ ਓਨਲੀ ਫਰਸਟ ইয়ার ਸਟੂਡੈਂਟਾਂ ਦੇ ਲਈ ਫਿਲਹਾਲ ਓਪਨ ਕਰ ਰਹੇ ਨੇ ਬਾਕੀ ਜਿਹੜੇ ਪੋਸਟ ਗ੍ਰੈਜੂਏਟ ਸਟੂਡੈਂਟ ਆ ਉਹਨਾਂ ਦੇ ਲਈ ਸਬਦੇ ਲਈ ਹੀ ਇਹਦੇ ਵਿੱਚ ਕੋਈ ਮੈਂਸ਼ਨ ਨਹੀਂ ਕੀਤਾ ਇਸ ਦਾ ਮਤਲਬ ਕਿ ਚਾਹੇ ਉਹ ਫਰਸਟ ਸੈਮ ਦੇ ਹੋਣ ਚਾਹੇ ਉਹ ਸੈਕੰਡ ਸੈਮ ਦੇ ਆ सॉरी ਥਰਡ ਸੈਮ ਦੇ ਹੋਣ ਫਰਸਟ ইয়ার ਦੇ ਸੈਕੰਡ ইয়ার ਦੇ ਹੋਣ ਉਹਨਾਂ ਦੇ ਲਈ ਓਪਨ ਕੀਤਾ ਜਾਵੇਗਾ ਮਤਲਬ ਕਿ ਜਿਹੜਾ ਨੈਕਸਟ ਸੈਮਿਸਟਰ ਉਹ ਆਫਲਾਈਨ ਚੱਲੇਗਾ ਤਾਂ ਬਹੁਤ ਸਾਰੇ ਸਟੂਡੈਂਟ ਮੈਨੂੰ ਕਮੈਂਟ ਕਰਨਗੇ ਤਾਂ ਇਸ ਤੋਂ ਅੰਦਾਜ਼ਾ ਜਾਂ ਆਪਾਂ ਐਸਟੀਮੇਟ ਲਗਾ ਸਕਦੇ ਆ ਕਿ ਨੈਕਸਟ ਸੈਮਿਸਟਰ ਕਿਸ ਦੇ ਥਰੂ ਚੱਲੇਗਾ ਆਫਲਾਈਨ ਦੇ ਵਿੱਚ ਦੇਖੋ ਜੀ ਆਫਲਾਈਨ ਕਲਾਸਾਂ ਚੱਲਣਗੀਆਂ ਸਟੂਡੈਂਟਾਂ ਦੀ ਕਰਵਾਉਣ ਦੀ ਗੱਲ ਨਹੀਂ ਕਿਉਂਕਿ ਹੋਸਟਲ ਅਲੋਟਮੈਂਟ ਸਟਾਰਟ ਹੋ ਚੁੱਕੀ ਆ ਠੀਕ ਹੈ ਇਹ ਡੀਨ ਸਟੂਡੈਂਟ ਵੈਲਫੇਅਰ ਦੇ ਵੱਲੋਂ ਦੇਖੋ ਅੱਜ ਦੀ ਡੇਟ ਦੇ ਵਿੱਚ ਆਇਆ ਹੈ ਇਸ਼ੂ ਟੂ ਇਸ਼ੂ ਉਹ ਹੋਸਟਲ ਵਾਰਡਨ ਨੂੰ ਕੀਤਾ ਹਾਲ ਹੋਸਟਲ ਦੇ 6% ਜਿਹੜੇ ਕਿ ਹੈਗੇ ਉਸ ਤੋਂ ਆਫੀਸਰ ਇਨਚਾਰਜ ਆਫੀਸਰ ਇਨਚਾਰਜ ਨੂੰ ਵੀ ਕੀਤਾ ਕਿ ਇਹ ਸਾਰੇ ਇਨਵੋਲਵ ਆ ਦੇਖੋ ਵਾਰਡਨ ਹੋਸਟਲ ਵਾਰਡਨ ਵੀ ਆ ਕਾਲਿੰਗ ਜੋਬੀਟਰ ਡਿਪਾਰਟਮੈਂਟ ਦਾ ਜੇਰ ਪਰਸਨ ਦੇ ਸਾਈਨ ਹੋਣੇ ਆ ਇਸ ਕਰਕੇ ਤੇ ਉਸ ਤੋਂ ਬਾਅਦ ਜਿਹੜੇ ਕਿ ਅਫੀਸਰ ਇਨਚਾਰਜ ਆ ਉਹਨਾਂ ਨੂੰ ਵੀ ਤੇ ਇਹਦੇ ਵਿੱਚ ਮੇਨ ਜਿਹੜਾ ਫੋਕਸ ਕੀਤਾ ਉਹ ਫਾਈਨਲ ਇਅਰ ਤੇ ਪੋਸਟ ਗ੍ਰੈਜੂਏਸ਼ਨ ਫਸਟ ਇਅਰ ਸੈਕੰਡ ਇਅਰ ਤੇ ਫੋਕਸ ਕਰ ਰਿਹਾ ਤੇ ਜਦੋਂ ਵੀ ਕੋਈ ਅਪਡੇਟ ਆਈ ਸੈਕੰਡ ਇਅਰ ਐਂਡ ਫਸਟ ਇਅਰ ਦੇ ਲਈ ਉਹ ਤੋਂ ਡਿਨ ਡਿਸਕਸ ਕਰਾਂਗੇ ਹੁਣ ਜਿਹੜੇ ਕਿ ਇਹ ਇੱਕ ਬਹੁਤ ਵੱਡੀ ਆਰਸ ਹੂਨ ਆ ਚੁੱਕੀ ਹੈ ਕਿ ਇਹਦੇ ਵਿੱਚ ਹੋਸਟਲ ਓਪਨ ਕਰ ਰਹੀਨੀ ਹੁਣ ਕੋਈ ਫੀਸ ਨਹੀਂ ਹੈ ਮਤਲਬ ਕਿ ਸੈਕੰਡ ਇਅਰ ਤੇ ਫਰਸਟ ਇਅਰ ਰਹਿ ਚੁੱਕਿਆ ਉਹਨਾਂ ਨੂੰ ਵੀ ਜਲਦੀ ਹਸਟਲ ਦੇ ਵਿੱਚ ਬੁਲਾਇਆ ਜਾਵੇਗਾ ਤੇ ਸਟੂਡੈਂਟ ਜਿਹੜੇ ਵੀ ਹਸਟਲ ਲੈਣਾ ਚਾਹੁੰਦੇ ਆ ਜਾਂ ਉੱਥੇ ਸਟੱਡੀ ਜਿਹੜੀ ਆਫਲਾਈਨ ਲੱਗੇਗੀ ਉਸ ਤੋਂ ਬਾਅਦ ਕਿਉਂਕਿ ਐਗਜ਼ਾਮ ਇਸ ਫਰਵਰੀ ਤੋਂ ਬਾਅਦ ਜਿਹੜੇ ਮਾਰਚ ਦੇ ਵਿੱਚ ਓਪਨ ਖਤਮ ਹੋ ਜਾਣਗੇ ਤੇ ਓਪਨ ਦੇ ਵਿੱਚ ਕਹਿ ਸਕਦੇ ਆ ਕਿ ਮਾਰਚ ਦੇ ਵਿੱਚ ਹੀ ਆਫਲਾਈਨ ਕਲਾਸਾਂ ਜਿਹੜੇ ਸਟਾਰਟ ਹੋ ਜਾਣਗੀਆਂ ਤੇ ਇਹਦਾ ਮਤਲਬ ਹੈ ਕਿ ਆਫਲਾਈਨ ਕਲਾਸਾਂ ਹੋ ਰਹੀਆਂ ਤੇ ਹਸਟਲ ਤੁਹਾਡੇ ਓਪਨ ਹੋ ਰਹੇ ਤਾਂ ਬਹੁਤ ਵੱਡਾ ਡਾਊਟ ਜਿਹੜਾ ਸਟੂਡੈਂ ਤਾਂ ਇਹ ਕਲੀਅਰ ਹੋ ਚੁੱਕੀਆਂ ਅੱਜ ਇਹ ਨੋਟਿਸ ਆਇਆ ਇਹਦੇ ਵਿੱਚ ਡਿਸਕਸ ਕੀਤਾ ਹੋਇਆ ਪੂਰਾ ਵੀ ਕਦੋਂ ਹੋਸਟਲ ਓਪਨ ਹੋਵੇਗਾ ਤੇ ਤੁਸੀਂ ਆਪਣੀ ਜਲਦੀ ਜਲਦੀ ਜਿਹੜੇ ਕਿ ਹੋਸਟਲ ਅਲਾਟ ਕਰਾ ਸਕਦੇ ਹੋ ਤੇ ਜਿਹੜੇ ਕਿ ਨੈਕਸਟ ਜੇ ਆ ਗੱਲ ਕਰੀਏ ਨੈਕਸਟ ਵੀਕ ਦੇ ਵਿੱਚ ਸਾਰੇ ਸਟੂਡੈਂਟ ਪਹੁੰਚ ਜਾਣਗੇ ਤੇ ਉੱਥੇ ਫਿਰ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ رونਕ ਲੱਗੇਗੀ ਜਿਹੜੇ ਹੋਸਟਲ ਬੰਦ ਸੀ ਉਹ ਓਪਨ ਹੋਣਗੇ ਜਿਹੜੇ ਹੋਸਟਲ ਮੈਸ ਸੀ ਉਹ ਵੀ ਓਪਨ ਕੀਤੇ ਜਾਣਗੇ ਉਸ ਦੇ ਨਾਲ ਜਿਹੜਾ ਸਟੂਡੈਂਟ ਸੈਂਟਰ ਨੂੰ ਜਿਹੜੀ ਸ਼ਾਪ ਸੀ ਉਹਦੀਆਂ ਬੰਦ ਕੀਤੀਆਂ ਉਹਨੂੰ ਫਿਰ ਤੋਂ ਰੀਓਪਨ ਕੀਤਾ ਗਿਆ ਹੈ ਤਾਂ ਇਹਦਾ ਮਤਲਬ ਹੈ ਕਿ ਸਾਰਾ ਸਿਸਟਮ ਜਿਹੜਾ ਪੰਜਾਬੀ ਆਹ ਸੌਰੀ ਪੰਜਾਬ ਯੂਨੀਵਰਸਿਟੀ ਦਾ ਉਹ ਆਫਲਾਈਨ ਚੱਲਣ ਦਾ ਹੈ ਤਾਂ ਇਹਦੇ ਵਿੱਚ ਕਨਫਰਮ ਹੈ ਕਿ ਸਾਰੇ ਸਟੂਡੈਂਟ ਰੈਡੀ ਨੇ ਕਿਉਂਕਿ ਫਰਸਟ ইয়ার ਐਂਡ ਸੈਕੰਡ ইয়ার ਦੇ ਸਟੂਡੈਂਟ ਤਿਆਰ ਹਨ ਕਿਉਂਕਿ ਇਹਨਾਂ ਦੇ ਲਈ ਵੀ ਜਲਦੀ ਆ ਜਾਵੇਗਾ ਨੋਟਿਸ ਤਜ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਲਾਈਕ ਕਰਨਾ ਨਾ ਭੁੱਲੋ ਤੇ ਸ਼ੇਅਰ ਕਰਿਓ ਜਿਹੜੇ ਵੀ ਸਟੂਡੈਂਟ ਤੁਹਾਡੇ ਦੋਸਤ ਮਿੱਤਰ ਹੋਏ ਉਹਨਾਂ ਤੱਕ ਸ਼ੇਅਰ ਕਰਿਓ ਤੇ ਜੋ ਵੀ ਇਨਫੋਰਮੇਸ਼ਨ ਉਹਨਾਂ ਨੂੰ ਮਿਲਦੀ ਰਹੇ ਤੇ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਉਸ ਦੇ ਨਾਲ ਜੋ ਵੀ ਤੁਹਾਡਾ ਡਾਊਟ ਹੋਇਆ ਸਾਡੇ ਨਾਲ ਡਿਸਕਸ ਕਰਿਓ ਜੋ ਵੀ ਤੁਹਾਡਾ ਡਾਊਟ ਹੋਇਆ ਸਾਨੂੰ ਜੀਵੀ ਸਟੇਸ਼ਨ ਇੰਸਟਾਗ੍ਰam ਅਕਾਊਂਟ ਤੇ ਜੀਵੀ ਸਟੇਸ਼ਨ ਇੰਸਟਾਗ੍ਰam ਅਕਾਊਂਟ ਹੈ ਸਾਡਾ ਉਸ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਇਸ ਵੀਡੀਓ ਤੇ ਕਮੈਂਟ ਕਰਕੇ ਸਾ ਜੋ ਵੀ ਤੁਹਾਡਾ ਡਾਊਟ ਹੈ ਸਾਡੇ ਨਾਲ ਸ਼ੇਅਰ ਕਰਿਓ ਤਸੀਂ ਉਹਦਾ ਕੋਈ ਨਾ ਕੋਈ ਸੋਲੂਸ਼ਨ ਕਢਾਲ ਕੇ ਤੁਹਾਨੂੰ ਸੋਲੂਸ਼ਨ ਤੁਹਾਡੇ ਨਾਲ ਡਿਸਕਸ ਕਰਾਂਗੇ